ਮਾਵਾਂ ਜੋਲੀਆਂ ਤੋਂ ਮਾਤਮੀ ਅਜ਼ਾਦਾਰ ਮੁਹੰਮਦ ਹਨਫੀਆ ਝੁਕਦੇ ਹਨ ਪੇ ਤੇ ਬਾਕਰ ਤੜਪ ਕੇ ਹੱਥ ਬਨ ਕੇ ਆ ਦੇਣ ਮੇਰੇ ਬਾਬੇ ਦੀ ਕੰਨ ਤੇ ਹੱਥ ਨਹੀਂ ਲਾਣਾ ਕਿਉਂ ਫਰਮਾਇਆ ਕਸਮ ਚਵਾਲੋ ਮੇਰਾ ਬਾਬਾ ਮਰ ਵੈਸੀ ਸਜਾਦਾ ਦਿਨ ਉੱਠ ਇਸ ਨੂੰ ਮੇਰੀ ਕੰਨ ਦਾ ਚੋਲਾ ਚਾ ਕੇ ਕੰਨ ਵਿਖਾ ਤੇਰੇ ਟਾਲਿਆ ਬਾਕਰ ਕੰਨ ਤੂੰ ਚੋਲਾ ਚਾਇਆ ਹੈ ਹਨਫੀਆ ਅੱਖਾਂ ਕੇ ਹੱਥ ਰੱਖ ਕੇ ਰੋਣਾ ਹੈ ਰੋ ਕੇ ਆ ਦੇ ਇੰਜ ਲੱਗਦਾ ਹੈ ਜਿਵੇਂ ਤੇਰੇ ਛੁੜਾਵੇਂ ਨਾਲ ਕੋਈ ਨਾ ਹੈ ਕਸਮ ਚਵਾਲ ਹੈ ਮਾਰਨ ਵਾਲੇ ਬਦਲਦੇ ਰਹਿਣ ਸੱਜਾ ਦੀ ਕੰਡ ਮੈਂ ਸਦਕੇ ਆਵਾਂ ਤੁਸੀਂ ਜੁੜ ਪਿਓ ਮੈਂ ਆਖਰੀ ਰਹਿਣਾ ਦੇ ਤਲੀਬਾ ਇੱਥੋਂ ਤਾਈਂ ਜੁਮਲਾ ਪਹੁੰਚਿਆ ਅੱਲਾ ਜਾਣੇ ਮੁਹੰਮਦ ਹਨਫੀਆ ਹਾਂ ਕਰਦੇ ਜਾਂ ਨਾ ਦਾਮਨ ਹਨਫੀਆ ਨੂੰ ਛਿਕਾਈਏ ਮੁੜ ਕੇ ਵੇਖੇ ਤੇ ਵਿਛੋੜਿਆਂ ਦੀ ਮਲਕਾ ਸ਼ਬੀਰ ਦੀ ਜ਼ਈਫਾ ਦੀ ਹੱਥ ਬਨ ਕੇ ਆਦੀ ਚਾਚਾ ਨਾ ਉਠਾਓ ਚਾਚੇ ਬੈਠਾ ਰਵੇ ਮੈਂ ਲੰਘ ਵੈਨੀ ਹਾਂ ਕਿਉਂ ਮੇਰਾ ਪੁੱਤਰ ਚਾਚਾ ਇਹ ਗੱਲਾਂ ਕਰਦਾ ਇਹਦਾ ਲਹਿਜਾ ਮੇਰੇ ਸਜਾਦ ਨਾਲ ਮਿਲਦਾ ਲਹਿਜੇ ਦਾ ਨਾਮ ਹੈ ਜਿਗਰ ਤੋਂ ਹੱਚਾ ਕਿਆ ਦਿਲ ਮਿਹਰਬਾਨੀ ਕਰ ਬਾਦਸ਼ਾਹ ਦੀਦੀ ਚਾਚੇ ਦੀ ਕੰਡ ਪਿੱਛੋਂ ਬਹਿਰਾ ਲਹਿਜਾ ਨਹੀਂ ਸਜਾਦ ਮੈਂ ਹਾਂ ਸਜਾਦ ਦਾ ਨਾਮ ਆਇਆ ਇਆਈਏ ਜਿਵੇਂ ਪਹਾੜ ਨੂੰ ਪਾਣੀ ਲਾਉਂਦੇ ਆ ਤੇ ਬਹਿਣ ਮਰ ਜਾਈ ਮੇਰਾ ਤੇ 24 ਸਾਲਾਂ ਦਾ ਜਵਾਨ ਆਈ ਹੈ ਤੇਰੀ ਕਮਰ ਛੁੱਕੀ ਹੋਈ ਹੈ ਜਿਗਰ ਤੇ ਹੱਥ ਰੱਖਿਆ ਤੇ ਨੇ ਅਕਬਰ ਕਮਾਰ ਕਰੋੜ ਗਿਆ ਮੇਰਾ ਥੀ ਗਿਆ ਚਮਨ ਦਬਾਏ ਬਾਜ਼ਾਰ ਦਾ ਦਾਖਲਾ ਆਇਓ ਫੁੱਫੀਆਂ ਦਾ ਆਵੋ ਗਈ ਕਮਰ ਸਜਾਦ ਨਵਾਏ ਜਿਹੜੇ ਇਸ ਟਾਈਮ ਤੱਕ ਮਾਤਮ ਦੀ ਖਾਤਰ ਬੈਠੇ ਹੋ ਸ਼ੀਏ ਤੇ ਤੇਰਾ ਹੱਥ ਸੀਨੇ ਤੇ ਆਵੇ ਸੁਣੀਏ ਆਏ ਕਰੇ ਹੈਰਾਨ ਹੋ ਕੇ ਆਦੀ ਮਨ ਲਿਆ ਫਿਰਾ ਫਿਰਾਵਾਂ ਦੇ ਦੌਰੇ ਕਮਰੋਂ ਦੇ ਨੇ ਅਕਬਰ ਦੀ ਜਵਾਨੀ ਤੇਰੀ ਕਮਰ ਤਰੋੜ ਗਈ ਏ ਜੇ ਤੂੰ ਸਜਾ ਦੇ ਸੱਚੀ ਦੱਸ 24 ਸਾਲਾਂ ਚ ਦਾੜੀ ਕਿੱਥੇ ਚੁੱਚੀ ਹੋਈ ਆ ਜਿਗਰ ਤੇ ਹੱਥ ਰੱਖ ਕੇ ਪਿਆ ਦੇ ਨੇ ਡਿੱਠੀ ਮਾਂ ਟੁਰਦੀ ਮੁਹੰਮਦ ਹਨਫੀਆ ਹੈਰਾਨ ਹੋ ਕਦੇ ਤੂੰ ਸਜਾ ਦੇ ਜੀ ਚਾਚਾ ਮੈਂ ਸਜਾ ਹਾਂ ਹਨਫੀਆ ਦੇ ਚਿਹਰੇ ਤੇ ਮਾਂ ਉਹਦੀਆਂ ਜ਼ਰਦੀਆਂ ਛਾ ਗਈਆਂ ਫਰਮਾਇਆ ਫੁੱਫੀ ਕਿੱਥੇ ਹੀ ਫਰਮਾਇਆ 12 ਬੈਠੀਆਂ ਨਹੀਂ ਪਹਿਚਾਣ ਲੈ ਮਾਂ ਉਹਦੀਆਂ ਜ਼ਰਦੀਆਂ ਹਨਫੀਆ ਦੇ ਚਿਹਰੇ ਤੇ ਛਾ ਗਈਆਂ ਨਾ ਦਿਨ ਉੱਠਣਾ ਮਿਲਦਾ ਸੀ ਨਾ ਜੋ ਆਉਣ ਦੀ ਮਾਂ ਕਿਹੜੀ ਹੈ ਰੋ ਗਿਆ ਦੀ ਵੀਰ ਗੱਲ ਲਾ ਜ਼ੈਨਬ ਮਾਇਆ ਹਨਫੀਆ ਸਰ ਤੇ ਹੱਥ ਰੱਖਣਾ ਦੀ ਨਾਰਾਜ਼ ਨਾ ਵੀ ਮੇਰੇ ਸਰ ਤੋਂ ਹੱਥ ਜਾ ਕੇ ਹੋਏ ਰੋ ਰੋ ਕੇ ਪਿਆ ਦੀ ਮੇਰੇ ਸਰ ਤੇ ਰੱਜ ਕੇ ਰੋ ਲਿਆ ਅਲੀ ਦੀਆਂ ਧੀਆਂ ਤੇਰੇ ਤੇ ਰਾਜ਼ੀ ਹੋਣ ਮਦੀਨੇ ਆ ਗਏ ਨਾਨੇ ਦੀ ਕਬਰ ਤੇ ਬਹਿ ਕੇ ਰਾਤ ਰੋਂਦਾ ਈ ਦਾਦੀ ਦੀ ਕਬਰ ਤੇ ਬਹਿ ਕੇ ਰਾਤ ਰੋਂਦਾ ਈ ਪਾਣੀ ਵੇਦਾ ਈ ਤੇ ਰਾਤ ਰੋਂਦਾ ਈ ਜਵਾਨ ਤੁਰਦਾ ਵੇਦਾ ਈ ਤੇ ਰਾਤ ਰੋਂਦਾ ਈ ਪਰਦੇਦਾਰ ਦੇ ਸਰ ਤੇ ਬੁਰਕਾ ਵੇਦਾ ਈ ਤੇ ਰਾਤ ਰੋਂਦਾ ਈ ਹੱਤਾ ਕੇ ਕਸਾਈ ਦੇ ਹੱਥ ਜਾਨਵਰ ਵੇ ਕੇ ਸਜਾਦ ਰਾਤ ਰੋਂਦਾ ਈ 40 ਸਾਲ ਜਿਹੜਾ ਰਾਤ ਰੋਂਦਾ ਉਹਨੂੰ ਜ਼ਹਿਰ ਦੇਣ ਦੀ ਕਿਹੜੀ ਲੋੜ ਆਈ ਖੁਦਾ ਲਾਨਤ ਕਰੇ ਹਸ਼ਾਮ ਬਿਨ ਅਬਦਲ ਮਲਕ ਬਿਨ ਮਰਵਾਨ ਮਲਾਉਂ ਤੇ ਮੇਰੇ ਇਮਾਮ ਨੂੰ ਜ਼ਹਿਰੇ ਹਲਾਲ ਦਿੱਤੀ ਯਾਦ ਰੱਖੀ ਤਰੇਟਾ ਲਿਆ ਤਰੇ ਤੇਰੇ ਇਮਾਮਾਂ ਨੂੰ ਜ਼ਹਿਰੇ ਹਲਾਲ ਮਿਲੀ ਦੁਨੀਆਂ ਦੀ ਸਖ਼ਤ ਤਰੀਨ ਜ਼ਹਿਰੇ ਇੱਕ ਤੇਰੇ ਹਸਨ ਇਮਾਮ ਨੂੰ ਇੱਕ 7ਵੇਂ ਬਗਦਾਦ ਦੇ ਕੈਦੀ ਇਮਾਮ ਨੂੰ ਇੱਕ ਕਿਸੇ ਹੁਸੈਨ ਦੇ ਮੁਹਾਰੀ ਪੁੱਤਰ ਇਮਾਮ ਨੂੰ ਜ਼ਹਿਰੇ ਹਲਾਲ ਦਿੱਤੀ ਨੇ ਮੈਨ ਕੁਰਾਨ ਦੀ ਕਸਮ ਏ ਜਿਹੜਾ 40 ਸਾਲ ਰਾਤ ਰੋ ਰੋ ਕੇ ਮੁੱਕ ਗਿਆ ਏ ਉਹਨੂੰ ਕਿਉਂ ਜ਼ਾਰ ਦਿੱਤੀ ਨੇ ਤੜਪਦਾ ਹੀ ਨਹੀਂ ਜਿਵੇਂ ਮੱਛਲੀ ਪਾਣੀ ਦੇ ਬਾਹਰ ਤੜਪਦੀ ਤੜਪਦਾ ਹੀ ਪੁੱਤਰ ਤੇ ਧੀਆਂ ਕੋਲ ਆਣ ਜਿਗਰੇ ਸਜਾ ਦੇ ਟੁਕੜੇ ਕਪੀ ਕੇ ਬਾਹਰ ਪੈ ਆਉਂਦੇ ਹਨ ਜਿਹੜੀ ਮੈਂ ਰਵੈਤ ਪੜੀ ਏ 20 ਮੁਹਰਮ ਨੂੰ ਮੇਰੇ ਮਾਮ ਨੂੰ ਜ਼ਹਿਰ ਦਿੱਤੀ ਨੇ 5 ਦਿਨ ਤੜਪਿਆ ਅੱਜ ਆਖਰੀ ਦਿਨ ਤੜਪਦਾ ਥੱਕ ਗਿਆ ਅੱਜ ਮੇਰੇ ਇਮਾਮ ਦੇ ਜਿਗਰ ਦੇ ਟੁਕੜੇ ਬਾਹਰ ਆਉਂਦੇ ਲੱਗੇ ਸਾਰੀ ਜ਼ਿੰਦਗੀ ਅੱਖਾਂ ਚ ਰਾਤਾਂ ਦੀ ਆਈ ਮਾਤਮੀਓ ਅੱਜ ਪਹਿਲਾ ਦਿਨ ਸਜਾ ਦੀਆਂ ਅੱਖਾਂ ਚ ਵਿਰਾਤੇ ਮੂੰਹ ਚ ਵਿਰਾਤੇ ਹੱਥਾਂ ਚ ਵਿਰਾਤੇ
باقر امام تاج سامنے رکھیے پوئے دے چھ جگر دے ٹکڑے پہ دے حلیل فرمے دے باقر جگر دے ٹکڑے زمین تیرا بابا کے کرم فرمے میں اٹھا نحیف امام نو اٹھایا گیا فرمائے کسے طریقے میرا منہ شامل کر مک گئی میری مجلس تریٹا لیا حسرت دی نگاہ سجاد شامل کی تی دوویں ہاتھ متھے تیرا کے وقت دا امام پیادا جی کران او میری موسنا دادی باقرا دن بابا کیڑی دادی یاد آئی میں رات رو بڑا لا پیر پیادا شام دے بہروں بدلی موت دی چھائے میری پگ دا وارس آیو جلدی ونیا مت اوندا دل گھبرائے باقر نو رو رو کے پیادے نے نہیں بھول دے وقت شریف کو ساڈے پالن والی مائے پیچھے وصل کفن فرمایا لگ دے میری دادی دا آخری ٹائم ہے باقر میں چھوڑ پہلے دادی دفنا میں تے گا رہا ہوں جنگلاں چے امدن جملے میں دو پڑھنا چاہنا موسن صدا دے سید کسرت نال بیٹھے ہو مقروض کر گئی ہے فضا سنگ سید ضرور جملے تے ہائے کرے ہیں سکیاں نہیں رول دیا جی میں ساڑیاں نالے رولی ہے میں قرآن دی قسم ہے باقرا دن میں شام دے بار اٹھے آیا جتھے رول موئی دی قبر 80 سالاں دی ضعیف ہے نون وانگ جھکی کمرے چا چٹے والے آ دن گلا پئی کر دی آئی باقرا دن میں جھکیا میری پھوپھی دی قبر تے مورا کے رو رو کے پیا دی آئی آلیا حالے کوئی نہیں آیا باقرا دن دادی میرا سلام لہجہ پہچان کیا دی میرا بھی سلام باقرے جی دادی فرمایا نیڑے آ میں کہا داڑی کی ہو جائی لتھی آئی نیڑے ہو کے داڑی چم کے قبر تے متھا مار کیا دی باہر آ اکبر دیا شکلاں دے لئی ایک واری ویک باقر جوانی مرحبا جوانی چڑھ پے سجے آج بھی ساڑیاں نانیاں دادیاں بزرگ ماما دھو پچ ویکھنا ہوئے تے متھے تے ہاتھ رکھ دیاں بنائی دی کمزوری باقرا دن کرب شام دا جنگا لائی سلام میرا کر کے میری دادی انجوے دی آئی شام دے جنگلیں سجے تے کھبے میں پوچھے دادی کے پہ وے دے اور ہو کے دی کلا ہے میرا سجاد نہیں آیا پر میں دادی ضرور آوے آبا بابا وے دی کوئی مجبوری ہے ترے ٹالیا کوشش تبا کر کی تیے میں آخری ویلے پیو دے دکھ چھپا ماں ٹھڈا سا بھر کیا دیے گلہ کوئی نہیں حسرت میری بڑی آئی ہیں باقر تو دس کیڑا بازار ہے جس وچ میں تواڈے نال نہیں ٹرے کیڑا دربار ہے جتھے میں نو نو گھنٹے نہیں کھلوتی کے فرق پوندا اج میرے پیر دا پتر جنگل چاندا میں حقیر دے مان ود ویندے ہر انیے باقر رو کیا دین دادی گلے نہ دے میرے بابے نو سہار مل گئی ہے سہار دا نام ہے باقر موادی اللہ دا نائیں ایک دن میں شام چو مدینے بنیا میں بہاری پتر دا سر جھولی چرا کے وال کھولا میں اکھاں اکھاں کھول دادی شام چو ملن پر میں دادی تواڈی مہربانی دادی تواڈا شکریہ ملک الموت تواڈے اعزاز وچ کھلوتا ہے کوئی حکم کوئی نہیں کوئی وصیت کوئی نہیں کوئی حسرت فرمایا حسرتاں مک گئیاں جے موقع دینے تے پتر حسین دا ایک منت کرنی ہے دادی آنکھوں کی آنکھڑا چاندے ہو جیڑا بندہ آلے تک نہیں رونا باقر دے پیر نپ کے پیا دیے پنجواں لال ولایت دا تے جدا پیو کو غسل دیواں میں جت جت گاس زنجیراں دے اٹھے ہو لے پانی تسی آئے نہیں کیتی فضا رو رو کے پیا دی میں تے ٹر چلیاں ایک گل دا خیال کریں دادی کیڑا خیال باقر دے پیر نپ کے پیا دیے بہو کنڈ زخمی ہے تیرے بابے دی ہاتھ نا ماتم کرو نا او بہو کنڈ زخمی ہے تیرے بابے دی ہاتھ نا دارا مندے لاوے مک گئی میری مجلس دادی نو دفنا کے باقر اس سلے آئے جس سلے پیو دے آخری سان باقر نوے کیا دن دفنا آئے جی بابا سونی قبر بنائی آئی
جی بابا پھپھی دے پواں دی بنائیو سی فرمایا نہیں غریباں لے قبرستان باقر شہادت پھپھی دی قبر نال ہوئی ہے غریباں لے قبرستان کیوں فرمایا وارثاں لئی ایو دے وارث آ گیا پتر چاندیاں حبش لے جائیے ساڈی محبت وچ غریباں لے قبرستان ڈگ پئی ہے جگر تو ہاتھ چا کیا دن کیویں ٹکیے باقرا دن جدن پتر جنازہ لے کے ٹرے نے شام ہلیے اک نکی جی قبر پھٹیے میری پھوپھی رسیاں لے ہاتھ باہر کر دین رو رو کے پیا دی آئی ہر منزل تے ساڈے نال رہیے ہن تھی گئیے ودا گل پہ کر دیا انا للہ انا الیہ راجعون باقر امام غسل دیتا ہے کفن ہویا ہے جنازہ تیار ہویا ہے دو منٹوں دے بعد میں امام دا تابوت منگا سا میرا دل رات دور تک آواز جاوے میں اعلان کرنا چاہنا حضرات حسین دا مہاری پتر مدینے قتل ہو گیا جنازہ سجادہ تیارے جس جس امام دے جنازے چاہنے جلدی آوے باقر دا بابا تیارے ایو جنازہ جس لے باقر دن میں بابے نو کفن پوایا ہے بابے دے لپے حل دے آن میں کن لایا ہے ہولے ہولے پیا دے آن نائی جوڑ بالا جنازہ میرے قریب لیاؤ میں آخری بیان کراں جڑے ماتمیوں منبر دی قسم ہے باقی راتیں میں آخری ویلے بابے دے منہ تو کپڑا ہٹائے رات جاری آئی ہے باقی رو رو کے پیادے نے رات بند چا کر ہن اکھیاں چوں پیا ٹردا ہے دنیا تو پس کفن گئی ہل گیا ہے رو رو کے پیا دینے بازار دا منظر آئے بھول گئی باقر میں صدق منا او بازار دا منظر او بازار دا منظر ماتم حسین